ਲਓ ਸੱਜਣੋ ਤੇ ਮਿੱਤਰੋ, ਫੈਸਲਾਬਾਦ ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆ ਗਏ ਨੇ ਕਿ 4 ਬੱਚੀਆਂ ਨੂੰ ਅੱਜ ਕਤਲ ਕਰ ਦਿੱਤਾ ਗਿਆ। 2 ਬੇਟੀਆਂ ਨੂੰ ਬਾਪ ਨੇ, ਸਗੇ ਬਾਪ ਨੇ ਗਲਾ ਦਬਾ ਕੇ ਕਤਲ ਕਰ ਦਿੱਤਾ ਹੈ। ਕਿਉਂ ਕਤਲ ਕੀਤਾ ਹੈ? ਅਸੀਂ ਕਿਹੜੇ ਜ਼ਮਾਨੇ ਦੇ ਵਿੱਚ ਆ ਗਏ? ਅਸੀਂ ਜ਼ਮਾਨਾ ਜਹਾਲੀਅਤ ਵਿੱਚ ਆ ਗਿਆ, ਜਿਹੜਾ ਜ਼ਮਾਨਾ ਪਹਿਲੇ ਜਿਹੜੀਆਂ ਜ਼ਿੰਦਾ ਬੱਚੀਆਂ ਨੂੰ ਦਫਨਾ ਦਿੰਦੇ ਹੁੰਦੇ ਸੀਗੇ। ਵਾਕਿਆ ਕੁਛ ਇਸ ਤਰ੍ਹਾਂ ਪੇਸ਼ ਆਉਂਦਾ ਹੈ। ਥਾਣਾ ਡੀ ਟੈਪ ਦਾ ਇਲਾਕਾ ਹੈ ਔਰ ਇੱਕ ਇਨਸਾਨ ਜਿਹਦੇ ਥੱਲੇ ਵੀਡੀਓ ਚੱਲ ਰਹੀ, ਤੁਸੀਂ ਨੀਚੇ ਵੇਖ ਵੀ ਰਹੇ ਹੋਵੋਗੇ, ਕੈਸਾ ਬੇਸ਼ਰਮ ਇਨਸਾਨ ਹੈ ਜਿਹਨੇ ਆਪਣੀਆਂ 2 ਬੇਟੀਆਂ ਨੂੰ, ਕਲੀਆਂ ਨੂੰ ਗਲਾ ਦਬਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ। ਜਿਹਦੇ ਵਿੱਚ ਇੱਕ ਨੂਰ ਫਾਤਿਮਾ ਜਿਹਦੀ ਉਮਰ 7 ਸਾਲ ਸੀ ਅਤੇ ਇਮਾਨ ਫਾਤਿਮਾ ਜਿਹਦੀ ਉਮਰ 6 ਸਾਲ ਸੀ। ਇਹਨਾਂ 2 ਬੱਚੀਆਂ ਦਾ ਕੋਈ ਕਸੂਰ ਨਹੀਂ ਸੀ, ਘਰ ਦੀਆਂ ਲੜਾਈਆਂ ਦੀ ਵਜ੍ਹਾ ਤੋਂ ਇਹਨਾਂ 2 ਬੱਚੀਆਂ ਦਾ ਗਲਾ ਦਬਾ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ। ਲੜਾਈ ਸਿਰਫ ਇਹ ਸੀਗੀ ਕਿ ਜਿਹੜੀ ਇਹਦੀ ਬੁੱਢੀ ਔਰ ਇਹਦੀ ਜਿਹੜੀ ਸੱਸ ਸੀ ਟੋਭੇ ਦੇ ਵਿੱਚ ਕਿਸੇ ਜਗ੍ਹਾ 'ਤੇ ਕੰਮ ਕਰਦੀ ਸੀ ਕਿਸੇ ਦੇ ਘਰਾਂ ਦੇ ਵਿੱਚ, ਅਤੇ ਉਹਦੀ ਇਹਦੀ ਸੱਸ ਕਹਿੰਦੀ ਸੀ ਅਸੀਂ ਇਹ ਬੱਚੀਆਂ ਨੂੰ ਵੀ ਨਾਲ ਲੈ ਜਾਣਾ, ਉੱਥੇ ਜਾ ਕੇ ਅਸੀਂ ਕਿਸੇ ਦੇ ਘਰ ਕੰਮ 'ਤੇ ਛੱਡ ਦੇਵਾਂਗੇ। ਇਹ ਬੰਦਾ ਸਮੋਸੇ ਵੇਚਦਾ, ਐਡਾ ਬੇਸ਼ਰਮ ਇਨਸਾਨ ਜਿਹਨੇ ਇਹ ਸਿਰਫ ਇਸ ਲੜਾਈ ਦੀ ਵਜ੍ਹਾ ਤੋਂ ਕਿ ਮੇਰੀਆਂ ਬੱਚੀਆਂ ਉੱਥੇ ਜਾ ਕੇ ਕੰਮ 'ਤੇ ਲਵਾਉਣਾ ਵਾ, ਅਤੇ ਇਹਨੇ ਗਲਾ ਘੁੱਟ ਕੇ ਹੀ ਮਾਰ ਦਿੱਤਾ ਉਹਨਾਂ ਨੂੰ। ਤੂੰ ਐਡਾ ਬੇਸ਼ਰਮ ਸੀ ਤੂੰ ਆਪਣੀ ਸੱਸ ਦਾ ਗਲਾ ਘੁੱਟਦਾ, ਤੂੰ ਐਡਾ ਬੇਸ਼ਰਮ ਸੀ ਤੂੰ ਆਪਣੀ ਬੁੱਢੀ ਦਾ ਗਲਾ ਘੁੱਟਦਾ ਜਿਹਨਾਂ ਨੂੰ ਤੂੰ ਮਾਰਦਾ, ਤੂੰ ਉਹਨਾਂ ਮਾਸੂਮ ਕੱਲੀਆਂ ਨੂੰ ਮਾਰਿਆ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ ਹੈ। ਅਫਸੋਸ, ਬਾਕੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ, ਕਾਨੂੰਨੀ ਕਾਰਵਾਈ ਹੋਏਗੀ, ਉਸ ਤੋਂ ਬਾਅਦ ਜਨਾਬ ਇਹ ਫਿਰ ਰਿਹਾਅ ਹੋ ਜਾਣਗੇ, ਸੁਲਾਹ ਹੋ ਜਾਏਗੀ। ਲੇਕਿਨ ਉਹ ਮਾਸੂਮ ਬੱਚੀਆਂ ਦਾ ਕੀ ਕਸੂਰ ਸੀ ਜਿਨ੍ਹਾਂ ਦਾ ਕਤਲ ਕਰ ਦਿੱਤਾ, ਜਿਨ੍ਹਾਂ ਦੀ ਜ਼ਿੰਦਗੀ ਖਤਮ ਹੋ ਗਈ ਆ? ਇਹੋ ਜਿਹੇ ਦਰਿੰਦਾ ਸਿਫਤ ਇਨਸਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ। ਜਿੱਦਾਂ ਕਿ ਪੰਜਾਬ ਪੁਲਿਸ ਬੜੀ ਚੰਗੀਆਂ ਕਾਰਵਾਈਆਂ ਕਰਦੀ ਹੈ, ਅਕਸਰ ਪੁਲਿਸ ਮੁਕਾਬਲੇ ਤੁਸੀਂ ਸੁਣੇ ਹੁੰਦੇ ਨਾ, ਮਤਲਬ ਫਲਾਂ ਜਗ੍ਹਾ 'ਤੇ ਗਏ ਅਤੇ ਸਾਥੀਆਂ ਦੀ ਫਾਇਰਿੰਗ ਨਾਲ ਜਨਾਬ ਉਹ ਡਾਕੂ ਮਾਰਿਆ ਗਿਆ। ਅਤੇ ਅਸੀਂ ਵੀ ਪੁਲਿਸ ਨੂੰ ਇਹੀ ਕਹਿੰਦੇ ਹਾਂ ਕਿ ਪੰਜਾਬ ਪੁਲਿਸ ਜਿਹੜੇ ਇਹੋ ਜਿਹੇ ਦਰਿੰਦਾ ਸਿਫਤ ਇਨਸਾਨ ਆ ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਆ, ਤਾਂ ਕਿ ਜਿਹੜੇ ਹੋਰ ਕੋਈ ਮੁਲਜ਼ਮ ਇਹੋ ਜਿਹੀ ਕੋਈ ਬੱਚਿਆਂ ਨੂੰ ਮਾਰਨ ਅਤੇ ਬੱਚਿਆਂ ਨਾਲ ਕੋਈ ਜ਼ਿਆਦਤੀ ਕਰਨ ਦੀ ਕੋਈ ਕੋਸ਼ਿਸ਼ ਵੀ ਨਾ ਕਰੀ ਕਦੀ, ਨਾ ਹੀ ਸੋਚੇ। ਜੜਾਂਵਾਲਾ ਦੇ ਵਿੱਚ ਜਿਹੜੀਆਂ 2 ਬੱਚੀਆਂ, ਕਿਹਾ ਜਾਂਦਾ ਕਿ ਕਿਸੇ ਮਿਲਣ ਕਿਸੇ ਗਈਆਂ ਸੀਗੀਆਂ, ਉੱਥੇ ਜਾ ਕੇ ਕਿਸੇ ਨੇ ਮਾਰ ਦਿੱਤਾ ਜਾਂ ਕੀ ਬਕੂਆ ਹੋਇਆ। ਬਹਰਹਾਲ 2 ਲੜਕੀਆਂ ਨੂੰ ਜਿਨ੍ਹਾਂ ਨੂੰ ਬੜਾ ਬੇਦਰਦੀ ਦੇ ਨਾਲ ਮਾਰ ਕੇ ਰੋਡ ਦੇ ਉੱਤੇ ਸਿੱਟ ਦਿੱਤਾ ਗਿਆ, ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਦੇ ਵਾਸਤੇ ਕਾਰਵਾਈ ਕਰ ਰਹੀ ਹੈ, FIR ਵੀ ਦਰਜ ਕਰ ਦਿੱਤੀ ਨਾਮਲੂਦ ਅਫਰਾਦ ਦੇ ਖਿਲਾਫ। ਲੇਕਿਨ ਅਫਸੋਸ ਦੀ ਗੱਲ ਆ ਕਿ 4 ਬੱਚੀਆਂ ਦਾ ਅੱਜ ਫੈਸਲਾਬਾਦ ਦੇ ਵਿੱਚ ਕਤਲ ਹੋ ਗਿਆ। ਔਰ ਅਸੀਂ ਕਿਹੜੇ ਜ਼ਮਾਨੇ ਦੇ ਵਿੱਚ ਆ ਗਏ ਹਾਂ? ਅਸੀਂ ਜ਼ਮਾਨਾ ਜਹਾਲੀਅਤ ਦੇ ਵਿੱਚ ਤੁਰੇ ਫਿਰਦੇ ਹਾਂ ਕਿ ਜਿੱਥੇ ਬੱਚੀਆਂ ਨੂੰ ਅਸੀਂ ਗੈਰਤ ਦੇ ਨਾਮ ਤੋਂ ਕਤਲ ਕਰ ਦਿੰਦੇ ਹਾਂ, ਅਸੀਂ ਮਾਵਾਂ ਭੈਣਾਂ ਨੂੰ ਅਸੀਂ ਗੈਰਤ ਦੇ ਨਾਮ ਤੋਂ ਕਤਲ ਕਰ ਦਿੰਦੇ ਹਾਂ। ਲੇਕਿਨ ਅਫਸੋਸ ਦੀ ਗੱਲ ਆ ਕਿ ਜਿਹੜੇ ਇਹੋ ਜਿਹੇ ਦਰਿੰਦਾ ਸਿਫਤ ਇਨਸਾਨ ਹੁੰਦੇ, ਅਸੀਂ ਉਹਨਾਂ ਨੂੰ ਸਜ਼ਾ ਨਹੀਂ ਦਿੰਦੇ। ਉਹ 2-4 ਸਾਲ 2-4 ਮਹੀਨੇ ਜੇਲ੍ਹ 'ਚ ਰਹਿੰਦੇ ਆ, ਉਸ ਤੋਂ ਬਾਅਦ ਆ ਕੇ ਘਰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਗੁਜ਼ਾਰਦੇ ਹੁੰਦੇ ਆ। ਲੇਕਿਨ ਇਹੋ ਜਿਹੇ ਜਿਹੜੇ ਦਰਿੰਦਾ ਸਿਫਤ ਇਨਸਾਨ ਆ, ਇਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਕੇ ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਆ, ਤਾਂ ਕਿ ਕੋਈ ਹੋਰ ਬੰਦਾ ਵੀ ਇਹ ਕੰਮ ਕਰਨ ਤੋਂ ਸੋਚੇ ਕਿ ਜਦੋਂ ਮੈਂ ਇਹ ਕੰਮ ਕਰਾਂਗਾ ਮੈਨੂੰ ਬੜੀ ਭੈੜੀ ਸਜ਼ਾ ਮਿਲੇਗੀ।